ਕੌਮਾਂ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਸੰਘਰਸ਼ ਕਰਦੀਆਂ ਰਹਿੰਦੀਆਂ ਜਿਹੜੀਆਂ ਕੌਮਾਂ ਸੰਘਰਸ਼ ਭੁੱਲ ਜਾਂਦੀਆਂ ਮੋਰਚੇ ਲਾਉਣੇ ਭੁੱਲ ਜਾਂਦੀਆਂ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਜਿੰਨਾ ਚਿਰ ਜਵਾਨੀ ਪੁੱਠੇ ਪਾਸੇ ਨੂੰ ਜਾਂਦੀ ਆ ਨਸ਼ਿਆਂ ਵਾਲੇ ਪਾਸੇ ਨੂੰ ਕੋਈ ਖੋਜ ਕਰਦੀ ਆ ਜਾਂ ਆਪਦਾ ਜੀਵਨ ਬਰਬਾਦ ਕਰਦਾ ਉਹਨਾਂ ਚਿਰ ਤਾਂ ਉਹਨਾਂ ਨੂੰ ਢਿੱਲ ਆ ਪਰ ਜੇ ਕਿਤੇ ਉਹਨਾਂ ਨੇ ਪੰਥ ਦੀ ਗੱਲ ਸੁਣ ਲਈ ਕਿਸੇ ਪੰਥਕ ਲਹਿਰ ਦੀ ਗੱਲ ਸੁਣ ਲਈ ਕਿਸੇ ਦਿਲੋਂ ਬੋਲਣ ਵਾਲੇ ਪੰਥਕ ਆਗੂ ਦੀ ਗੱਲਾਂ ਸੁਣਨ ਲੱਗ ਪਏ ਫਿਰ ਉਹਨਾਂ ਤੇ ਕੰਟਰੋਲ ਇਹ ਸਰਕਾਰ ਕਰਦੀ ਆ ਇਸ ਕਰਕੇ ਫਿਰ ਉਹ ਬੰਦੇ ਵੀ ਆਪਦੇ ਛੱਡਦੀ ਆ ਜਿਹੜੀ ਨੌਜਵਾਨੀ ਨੂੰ ਕਿਰਾਏ ਪਾਵੇ ਜਿਹੜੇ ਸਾਡੇ ਸੱਚੇ ਸੁੱਚੇ ਆਗੂਆਂ ਤੇ ਜਿਨ੍ਹਾਂ ਨੇ ਜ਼ਿੰਦਗੀ ਢਾਲਤੀ ਆ ਸੰਘਰਸ਼ ਦੇ ਵਿੱਚ ਉਹਨਾਂ ਤੇ ਤੋਮਤਾ ਲਾਵੇ ਜਿਹੜੀ ਉਹਨਾਂ ਦੀ ਜੁੰਡਲੀ ਉਹ ਦੀਪ ਸਿੱਧੂ ਵਰਗੇ ਵੀਰ ਨੂੰ ਬਦਨਾਮ ਕਰੇ ਉਹ ਕਰੀਮ ਛੇਪਾ ਮੋਨਾ ਉਹਨੂੰ ਪੰਥ ਦਾ ਆਗੂ ਕਿਵੇਂ ਸਮਝੀ ਜਾਂਦੇ ਹੋ ਫਿਰ ਉਹਨਾਂ ਦੇ ਵੱਸ ਨਹੀਂ ਚੱਲਿਆ ਜਦੋਂ ਅੰਮ੍ਰਿਤਪਾਲ ਸਿੰਘ ਨੇ ਆ ਕੇ ਕਿਹਾ ਚਲੋ ਮੈਂ ਵੀ ਚੱਲਦਾ ਤੇ ਸਾਰੇ ਮੇਰੇ ਨਾਲ ਚਲੋ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਕਲਗੀਆਂ ਵਾਲੇ ਬਾਪੂ ਦੀ ਗੋਦ ਵਿੱਚ ਚੱਲ ਕੇ ਪੈ ਗਿਆ ਸਿਆਪਾ ਫਿਰ ਇਹਨਾਂ ਵਾਸਤੇ ਏਜੰਸੀਆਂ ਵਾਸਤੇ ਸਰਕਾਰਾਂ ਵਾਸਤੇ ਕਿ ਅਸੀਂ ਇਹਨਾਂ ਨੂੰ ਆਨੰਦਪੁਰ ਸਾਹਿਬ ਤੋਂ ਤੋੜ ਕੇ ਇਹਨਾਂ ਨੂੰ ਇਹਨਾਂ ਦੇ ਇਤਿਹਾਸ ਨਾਲ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਬਦੀਆਂ ਕਰਾਤੀਆਂ ਇਹਨਾਂ ਨੂੰ ਤੋੜਨ ਵਾਸਤੇ ਕਿ ਇਹਨਾਂ ਨੂੰ ਖਤਮ ਕਰਕੇ ਫਿਰ ਇਹਨਾਂ ਦੇ ਪੰਜਾਬ ਨੂੰ ਖਤਮ ਕੀਤਾ ਜਾਵੇ ਦੀਪ ਸਿੱਧੂ ਵਰਗਾ ਵੀ ਝੰਝੋੜਦਾ ਅੰਦਰੋਂ ਨੌਜਵਾਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਫਿਰ ਕਹਿੰਦੇ ਗਰਮ ਗੱਲਾਂ ਕਰਦੇ ਆ ਇਹ ਵੱਖਵਾਦੀ ਗੱਲਾਂ ਕਰਦੇ ਆ ਇਹ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ ਤੇ ਜੇ ਕਹੀਦਾ ਭਾਈ ਆ ਜਾਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਆ ਕਿ ਉਹ ਰਾਜ ਨਹੀਂ ਚਾਹੀਦਾ ਉਹਦੇ ਬਾਰੇ ਕੋਈ ਸਾਡੇ ਦੁਸ਼ਮਣ ਵੀ ਨਹੀਂ ਦੱਸ ਸਕਦੇ ਕਿ ਉਸ 40 ਸਾਲਾਂ ਰਾਜ ਦੇ ਵਿੱਚ ਕਿਹਦੇ ਨਾਲ ਧੱਕਾ ਹੋਇਆ ਕਿਹਦੇ ਨਾਲ ਬੇਇਨਸਾਫੀ ਹੋਈ ਜਾਂ ਕਿਹਨੂੰ ਨਿਆਂ ਨਹੀਂ ਮਿਲਿਆ ਜਾਂ ਕਿਹਨੂੰ ਰੋਟੀ ਨਹੀਂ ਮਿਲੀ ਕੋਈ ਭੁੱਖਾ ਰਿਹਾ ਉਸ ਰਾਜ ਦੇ ਵਿੱਚ ਵੀ ਮੇਰੀ ਜ਼ਿੰਦਗੀ ਵਿੱਚ ਜਿੰਨੇ ਕੁ ਸੰਘਰਸ਼ ਆਏ 6 ਮਹੀਨੇ ਬਰਗਾੜੀ ਜਿਹੜਾ ਅਸੀਂ 13-14 ਅਕਤੂਬਰ ਨੂੰ ਜਿਹੜਾ ਕੋਟਕਪੂਰੇ ਬਹਿ ਕੇ ਡਾਂਗਾਂ ਤੇ ਗੋਲੀਆਂ ਖਾਧੀਆਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ 'ਚ ਜਦੋਂ CBI ਨੇ ਰਿਪੋਰਟ ਕਲੋਜ ਕੀਤੀ ਜਿਹੜੀ ਬੇਅਬਦੀ ਦੀ ਉਦੋਂ ਫਿਰ ਮੁਹਾਲੀ ਦੇ ਵਿੱਚ ਜਦੋਂ ਅਸੀਂ ਜਾ ਰਹੇ ਸੀ ਮੋਰਚਾ ਲੱਗਾ ਸੀ ਉਦੋਂ ਵੀ ਕਾਨਾਂ ਦੇ ਪੱਤੇ ਪੜਵਾਏ ਫਿਰ ਮੈਂ ਕਹੂੰ ਮੇਰੇ 2 ਚਾਚੇ ਇੱਕ ਦਰਬਾਰ ਸਾਹਿਬ ਸ਼ਹੀਦ ਹੋਇਆ ਸੰਤਾਂ ਨਾਲ ਇੱਕ ਬ੍ਰਹਮੇ ਦਾ ਸਾਥੀ ਭਗਵੰਤ ਮਾਨ ਸਿੰਘ ਨੂੰ ਮੈਂ ਕਹਿੰਦਾ ਕਿ ਤੇਥੋਂ ਪਹਿਲਾਂ ਵੀ ਕੋਈ ਕਹਿੰਦਾ ਸੀ ਮੈਨੂੰ ਕੀੜੀ ਤੁਰੀ ਜਾਂਦੀ ਧਰਤੀ ਤੇ ਦੀਦੀ ਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਚੋਰੀ ਕਰਕੇ ਦੁਸ਼ਟ ਝੂਠੇ ਸੌਦੇ ਵਾਲੇ ਦੇ ਚੇਲਿਆਂ ਨੇ ਪੋਸਟਰ ਲਾ ਕੇ ਬੇਅਬਦੀ ਕਰਤੀ ਉਹ ਕੋਈ ਨਹੀਂ ਦਿਸੇ ਪਰ ਫਿਲਮਾਂ ਦੀ ਪੋਸਟਰਾਂ ਦੀ ਰਾਖੀ ਕਰਾਤੀ ਤੇ ਅੱਜ ਹਾਲਾਤ ਵੇਖ ਲਾ ਉਹਨਾਂ ਦੇ ਤੇ ਜੇ ਭਗਵੰਤ ਮਾਨ ਸਾਹਿਬ ਤੈਨੂੰ ਨਹੀਂ ਦਿਸ ਰਹੀਆਂ ਸਾਡੀਆਂ ਮਾਵਾਂ ਭੁੱਖੀਆਂ ਤਿਲ ਤਿਲ ਵਿਲਕਦੀਆਂ ਜਿਹੜਾ ਤੂੰ ਸੋਸ਼ਲ ਮੀਡੀਆ ਤੋਂ ਹੀ ਪੈਦਾ ਹੋ ਕੇ ਆਇਆ ਤੇ ਉਸੇ ਸੋਸ਼ਲ ਮੀਡੀਆ ਤੇ ਸਾਡੀਆਂ ਮਾਵਾਂ ਬੇਹੋਸ਼ ਹੁੰਦੀਆਂ ਦੀਆਂ ਫੋਟੋ ਜਾ ਰਹੀਆਂ ਵੀਡੀਓ ਜਾ ਰਹੀਆਂ ਕੋਈ ਤੇਰੇ ਨਾਲ ਰਹਿਣ ਵਾਲੇ ਮੁਰਦਾ ਤਾਂ ਨਹੀਂ ਸਾਰੇ ਜਿਹੜੇ ਤੈਨੂੰ ਵਿਖਾਉਂਦੇ ਨਹੀਂ ਸੀਐਮ ਸਾਹਿਬ ਆ ਕੀ ਹੋ ਰਿਹਾ ਤੇ ਯਾਦ ਰੱਖੀ ਉਹ ਕੀੜੀ ਨਾ ਦਿਸਣ ਵਾਲਿਆਂ ਨੇ ਤਾਂ ਫਿਰ ਵੀ ਕੁਝ ਸਮਾਂ ਰਾਜ ਵੇਖਿਆ ਤੇ ਕੀਤਿਆ ਤੇ ਉਹਨਾਂ ਨੇ ਵੱਡਾ ਕੁਛ ਬਣਾਇਆ ਰਾਜ ਦੇ ਨਾਂ ਤੇ ਪਰ ਤੇਰੀਆਂ ਜੜ੍ਹਾਂ ਉੱਪਰ ਹੀ ਆ ਤੇ ਵੋਟਾਂ ਪਾਈਆਂ ਤੈਨੂੰ ਮੈਂ ਤਾਂ ਖਾਸ ਕਰਕੇ ਦਾਅਵੇ ਨਾ ਕਹੂੰਗਾ ਮੇਰੇ ਕੋਲੇ ਕੌਲਾਂ ਵੀ ਆ ਫੋਨ ਤੇ ਤੇਰਨਾ ਜਦੋਂ ਕਰਦੇ ਹੁੰਦੇ ਸੀ ਸਕਰੀਨ ਸ਼ਾਟ ਵੀ ਹੈਗੇ ਆ ਇਹ ਲੋਕਾਂ ਨੇ ਦੀਪ ਸਿੱਧੂ ਨੂੰ ਜਾਣ ਤੋਂ ਬਾਅਦ ਵੀ ਨਹੀਂ ਬਖਸ਼ਿਆ ਗਦਾਰ ਤੱਕ ਕਹਿੰਦੇ ਆ ਜਿਹੜੇ ਆਪ ਗਦਾਰ ਆ ਖੁਦ ਪੰਥ ਦੇ ਪੰਜਾਬ ਦੇ ਤੇ ਕਲਾਮ ਆ ਉਹ ਸਿੱਖਾਂ ਦੇ ਦੁਸ਼ਮਣਾਂ ਦੇ ਉਹਨਾਂ ਦੇ ਪੱਟੇ ਉਹਨਾਂ ਦੇ ਗਲ ਵਿੱਚ ਤੇ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਕਿਵੇਂ ਬਖਸ਼ਣਾ ਇੱਥੋਂ ਤੱਕ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਪਾਧੀ ਮਿਲੀ ਹੋਈ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਕਾਂਗਿਆਰੀ ਇਹ ਦੁਸ਼ਟ ਲੋਕ ਤੇ ਉੱਥੇ ਹੀ ਮੈਂ ਕਹਿਣਾ ਚਾਹੁੰਦਾ ਹਿੰਦੂ ਵੀਰ ਜਿਹੜੇ ਸੰਤਾਂ ਦੀ ਫੋਟੋ ਨੂੰ ਗਲਵਕੜੀਆਂ ਪਾ ਕੇ ਰੋਣ ਵਾਲੇ ਅੱਜ ਵੀ ਹੈਗੇ ਆ ਮੇਰੇ ਮਿੱਤਰ ਹੈਗੇ ਬੜੇ ਮੁਸਲਮਾਨਾਂ ਦੀ ਤਾਂ ਗੱਲ ਹੀ ਛੱਡੋ ਨਾ ਉਹਨਾਂ ਨੇ ਤਾਂ ਕਿਹਾ ਸੀ ਕਿ ਤੁਹਾਡੇ ਤੋਂ ਵੱਧ ਕਿਸਮਤੀ ਇੱਕ ਫਰਿਸ਼ਤਾ ਆਇਆ ਸੀ ਸੰਭਾਲਿਆ ਨਹੀਂ ਗਿਆ ਸੰਤ ਜਰਨੈਲ ਸਿੰਘ ਬਾਰੇ ਸਾਡੇ ਵਕੀਲ ਜਿਹੜੇ ਗਏ ਸੀ ਪਾਕਿਸਤਾਨ ਦਰਸ਼ਨ ਕਰਨ ਉਹਨਾਂ ਨੂੰ ਇੱਕ ਬਜ਼ੁਰਗ ਨੇ ਕਿਹਾ ਸੀਗਾ ਮੁਸਲਮਾਨਾਂ ਦੇ ਨੇ ਜਿਹਨੇ ਪੁੱਛਿਆ ਸੀ ਪੰਜਾਬ ਦੀ ਧਰਤੀ ਤੋਂ ਆਏ ਆ ਰੋ ਪਿਆ ਸੀ ਉਹ ਸੰਤ ਬਾਬਾ ਜਰਨੈਲ ਸਿੰਘ ਨੂੰ ਯਾਦ ਕਰਦਾ ਸਿੱਖ ਪੰਥ ਦੇ ਬਾਨੀ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸੁਲਤਾਨਪੁਰ ਸਾਹਿਬ ਤੋਂ ਪਹਿਲੀ ਉਦਾਸੀ ਤੇ ਚੱਲਦਿਆਂ ਹੋਇਆਂ ਇਸ ਧਰਤੀ ਤੇ ਆ ਕੇ ਪਹਿਲੀ ਉਦਾਸੀ ਵੇਲੇ ਨਵਾਜੀ ਹੋਈ ਧਰਤੀ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਦੇ ਨਾਲ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਸ਼ਹਿਰ ਦੀ ਗੱਡੀ ਹੋਈ ਮੋੜੀ ਦੀ ਬਖਸ਼ਿਸ਼ ਤੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ
पूरी होई करामात आप सिरजन हारे धारिया वालों नवाजे हुए सचखंड श्री हरिमंदर साहब पवित्र दरबार इस धरती ते जपियो जन अर्जन देव गुरु फिर संकट जून गर्भ न आयो धन धन श्री गुरु अर्जन देव पातशाह महाराज वालों नदरे नदर निहाल करद्या होया पोथी परमेशर का थान नू सचखंड श्री दरबार साहब विखे इस पवित्र धरती ते विराजमान करके आउण वाली लुकाई नू एक सच्चा सुच्चा संदेश उस काल पुरख वालों साजे इस आबा मंडल नू उस काल पुरख वालों 24 घंटे ऐसी धुन सुनाई दवे वो भागा वालिया दे करमा चाहुंदी आ ते आउंदी रहूगी वो इत्थों बख्शां लैके वह बीबी रजनी वांग सदा ही वह भावना वाले काले कां चिट्टे होके जाणगे ते बीबी रजनी वर्गियां बीबियां वह झोलियां भर के जाणगियां मेरे वर्गे किसे चुंज ज्ञानी दे कहण ते ना भावना वालियां दियां शरदा टुटनियां ते ना भावना वालियां दी जिहड़ी इत्थे कीती अरदास वह पूरी होण रहिणी आ इह बख्शां चलदियां रहिणगियां आओ ऐसी पवित्र धरती ते बैठे होए पंथ दे वाली कलगियां वाले चोजी प्रीतम नीले दे शाह सवार इस पंथ दे राखे पंथ दे सिरजनहार कलगियां वाले गुरु गोबिंद सिंह महाराज नूं याद करदे होए उन्हां वल्लों बख्शी होई अनमोल दात फतेह दा नारा क्योंकि गुरु साहब ने बड़ी अनमोल दात दित्ती आ कि सिखा कदे भी फतेह दा लड़ना छड्डी ते कोई ऐसी घड़ी नहीं होगी कि जिस कार्ज नूं तू आरंभ करे जिस कार्ज नूं तू हथ पावे जिस कार्ज वास्ते अरदास करे उहदे विच तैनूं फतेह हासिल ना होवे सो मैं इन्हां नूं कोई संदेश तां नहीं दे सकदा जिहड़ियां रूहां बैठियां सारे ही संघर्षी योधे बजुर्ग जिहड़े बैठे आ ते खास करके भाई अमृतपाल सिंह खालसा दे माता पिता जिन्ने भी दस सिंह डबरूगढ़ जेल विच उहनां दे ते जिहड़े इत्थे भी जेल दे विच जां जिहड़े पहलां दे दिल्ली तिहाड़ दीआं जेलां विच उहनां दे कोई भी इत्थे बजुर्ग मां भैण बैठी सारिआं दे चरणां विच सीस झुकाउंदा होइआ क्योंकि महाराज कहिंदे आ तिन को क्या उपदेसीआ जिन गुर नानक दिओ जिहड़े गुरु नानक दे नवाजे होए कलगियां वाले पातशाह दे गुरु ग्रंथ साहिब महाराज तों संदेश लै के ते संघर्ष लड़ रहे हक की खातर बैठे आ उहनां नूं मेरे वर्गा मूर कोई संदेश तां नहीं दे सकदा आओ जिन्नी गुरु ने सोझी बख्शी आपस में फतेह की सांझ पा के इस मसले ते कुछ बोलने का यतन करके दोने हाथ जोड़ के शीश झुका के कलगियां वाले बापू का बख्शा फतेह का नारा गज वज के आखो वाहेगुरु जी का खालसा वाहेगुरु जी की फतेह। बड़िया सोहनिया विचारां बाबा बख्शीश सिंह ने दित्तियां ते मैं इसे सिद्धांत दे विच जे मोर्चा लगा मोर्चे पता क्योंकि नाले आपां कहिंदे वी अपनी कौम संघर्षां दे विचों पैदा होई आ ते जदों दी पैदा होई संघर्ष करदी रही ते मोर्चे लगदे रहे मोर्चे जैतो दा मोर्चा चाबियां दा मोर्चा अणगिणत मोर्चे ते उवें ही अज तक ते कहिंदे वी आ सियाणे विद्वान कि उही कौमां जिउंदियां रहिंदियां जिहड़ियां संघर्ष करदियां रहिंदियां जिहड़ियां कौमां संघर्ष भुल जांदियां मोर्चे लाउणे भुल जांदियां उहनां दा नामो निशान मिट जांदा उह वक्खरी गल आ कि जिन्ना चिर संघर्षवार करन वालियां कौमां एके दे विच रहिंदियां उहनां नूं चढ़दी कला वाले आगू मिलदे आ जिवें कल नूं शताब्दी आ पंथ दे महान जथेदार काली बाबा फूला सिंह जी जिन्हां दी धारन अक्सर दित्ती जांदी आ ते ध्रुव तारे वांग चमकदी आ सभ नूं बेनती कीती जांदी आ कि काली फूला सिंह वर्गे जथेदार कौम वास्ते लियाओ उहनां दी शताब्दी भी आ जिन्ना चिर इदां दे आगू कौम नूं मिलदे रहणगे उह कौम कदे खत्म नहीं हुंदी मेरे वर्गे गल्लां वाले भी विच आउंदे रहिंदे जिवें बाबा बख्शीश सिंह ने दस्सिया कि संघर्ष लड़न वाले ते दिलों गुरु दे प्यार दे विच इतिहास तों सेध लै के चलण वालियां नूं कोई बहुता फर्क नहीं पैंदा उहनां बारे कोई माड़ा भी कही जावे ते फिर असीं भगत कबीर जी तों सिक्ख्या लै लगे जिहड़े खुद गुरु रूप आ बाणी गुरु गुरु है बाणी उह कहिंदे निंदो निंदो मोको लोग निंदो निंदा हमारी खरी प्यारी सो भगत कबीर जी तां कहिंदे करो निंदिया मेरी जिन्नी तुसीं निंदिया करदे उन्ना मेरा मन हौला हो के छेती परमेश्वर दे नेड़े जा रहा इस करके इन्हां चीज़ां की परवाह नहीं करनी पर यह जरूर आ भी मैं मैक ते बोल के संदेश देण वाला मैनू जरूर पता होवे कि महाराज की बाणी कहिंदी आ जिन मुख होर जिन मन होर मुख होर से कांडे कच्चियां इत्थे तां दो चार वाहवा वाहवा कर देणगे पर जे दूजे पासे मेरा
सरकार दे नाल जां कोई मोर्चे नूं ढिल पाउण वाले बंदे दे नाल गलबात आ, फिर महाराज की बाणी कहिंदी वी गुरु साहब जाणी जाणा, फिर तेरी गिणती कच्चां च कढ़ी जाणी आ। जिवें कई वारी आवे दे विच्चों इट्टां कच्चियां निकलौंदियां, जिहड़ियां पक्कियां निकलदियां उहनां दा मुल पै जांदा। इस करके सानू आप नूं जरूर पता होवे, तां ही गुरु साहब ने कहे आपणे गरिमान मैं सिर नीवां कर देख। सो इस करके इन्हां गल्लां वाली ध्यान देने की लोड़ आ। बाकी कोई की कहिंदा ते बाकी जिहड़ा भाई सोशल मीडिया इहदे उत्ते किसी का कोई कंट्रोल नहीं है, ठीक है, सरकारां दा कंट्रोल है कि जिन्ना चिर जवानी पुठे पासे नूं जांदी आ, नशियां वाले पासे नूं कोई खोज करदी आ जां आपदा जीवन बर्बाद करन दा, उन्ना चिर तां उहनां नूं ढिल आ। पर जे किते उहनां ने पंथ की गल सुन ली, किसी पंथक लहर की गल सुन ली, किसी दिलों बोलन वाले पंथक आगू की गल्लां सुन लग पे, फिर उन्होंने कंट्रोल ये सरकार करती आ। इस करके फिर वह बंदे भी आपदे छड़दी आ जिहड़ी नौजवानी नूं किराए पावे, जिहड़े साडे सच्चे सुच्चे आगुआं ते जिन्हां ने जिंदगी ढाती आ संघर्ष दे विच उन्हां ते तोहमता लावे, जिहड़ी उन्हां दी जुंडली उह दीप सिद्धू वर्गे वीर नूं बदनाम करे, वह करीम छेपा मोना उहनूं पंथ दा आगू किवें समझी जाने हो। फिर उन्होंने वस नहीं चलिया जो अमृतपाल सिंह ने आके कहा चलो मैं भी चलदा ते सारे मेरे नाल चलो आनंदपुर साहब केसगढ़ साहब, कलगियां वाले बापू की गोद में चल गए, पै गया स्यापा फिर इन्होंने वास्ते एजेंसियों वास्ते सरकारां वास्ते कि असी इन्हों आनंदपुर साहब तो तोड़ के इन्हों इन इतिहास नाल तोड़ के श्री गुरु ग्रंथ साहब महाराज दी बेअबदियां करातियां इन्हों तोड़न वास्ते कि इन्हों खत्म करके फिर इन्हों दे पंजाब नू खत्म किया जाए। पर यह नौजवान किवें नौजवानों नूं आवाज मार के काफला लैके तुर पिया, इस करके फिर उन्होंने बड़े वड्डे पद्धर से जिहड़े छल कप ते आपदियां इदां दियां जिहड़ियां उन्हां दियां जंसियां उन्हां नूं तैयार किया। सो सचेत हो के लड़न की लोड़ आ ते घबराउण की लोड़ नहीं। सिख कोई आटे की चिड़ी नहीं, भुख हड़ताल ते संघर्ष जो हक बनता जेल में जिहड़ी सहूलत हुंदी आ। बाबा जी वार वार टोकदे गए जे मेरे वर्गा इक अद्धा कोई कमेंट कर दिंदा जां कोई आ बूटे खच वर्गा जिहड़ा लंगड़ा जिहा जिद्दन उहदे पैण लग पईआं उदन जिहड़े अज उहदे हक च लै करदे आ उह कहणगे लंगड़े लूले नूं कुट्टी जांदे सिख, ते अज उहदी जबान नहीं दिस रही वी उहदी लत तां टुट्टी आ, गुरु घर दा गोलक चोर आ उह, ते उह बकवास किदां दा कर रिहा उदाहरण बना के साडी माता जी नूं साडे पिता जी नूं भाई अमृतपाल सिंह नूं। ते इस करके इहो जिहे बंदिआं दा उह कहिंदा मेरा पुट बाल रख्या आ, मैं कहिंदा वी सरकार ने तैनूं पुट बाल बना के रख्या होया ते तूं कहां पुट बाल बना के रख्या। जिद्दण गुरु दे सिंघां तों महाराज ने सेवा लैणी सी तेरी जबान बंद करन दी, उदन तू पुट बाल छड के पला चीते ते शेर पाल लवी, गुरु साहब समत बख्शे। पर असी कहिंने आ कि अज असी भी वोटां पा के पंजाब सरकार भी चुनी ते 13 MP साडे सिर ते फिर खड़े दुबारा चोण कराउण वास्ते असी वोटां पा के घलदे आ, ते हक आ साडा सरकार तो हक मंगणा कानून दे विच रह के, क्योंकि हुण साडे विच पग्गां वाले ही बहुत ज्यादा उन्हां पार्टियां दे विच आ जिहड़े कहिंदे जी संविधान दे विच रह के कानून दे विच रह के हक मंगो। जदों साडे डाके पैंदे हकां ते उदों इह कोई नहीं बोलदा इन्हां पार्टियां च बैठा, जिहड़े पग्गां वाले आ उन्हां नूं की कहा जावे। ते पर जदों कोई दीप सिद्धू वर्गा वीर झंझोड़दा अंदरों नौजवानां नूं भाई अमृतपाल सिंह वर्गा, फिर कहिंदे गर्म गल्लां करदे आ इह वक्खवादी गल्लां करदे आ इह खालिस्तान दीआं गल्लां करदे आ, ते जे कहिंदा भाई आ जाओ शेरे पंजाब महाराजा रणजीत सिंह दे राज दी गल करदे आ कि उह राज नहीं चाहीदा, उहदे बारे कोई साडे दुश्मन वी नहीं दस सकदे कि उस 40 साला राज दे विच किहदे नाल धक्का होया, किहदे नाल बेइंसाफी होई, जां किहनूं न्याय नहीं मिलिया, जां किहनूं रोटी नहीं मिली, कोई भुखा रहा उस राज दे विच, कहिंदा उदों पिछे चल वड़ो। कलगियां वाले बापू तों थापड़ा लै के आए बंदा सिंह बहादुर जिन्हां ने साहिबजादियां दा जिथे दुष्टां तों बदला लिया सोध सोध के, गंगू वर्गे वजीते वर्गे उत्थे फिर सिख राज भी कायम किया खालसा राज। उहदे विच की होया सी किसानां नूं भी कहीदा जिहड़े अंबरधारी आगू आ, मेरी गल भी हो रही सी परसों, वह गुरसिखां नूं कुछ जथेबंदियां दे आगूआं नूं संदेश दे रहे सी कि तुसीं कोई टाइम बना के टिकरी बार्डर ते पहुंचो। कानफ्रेंस चल रही सी मोबाइल दे विच्चे, फिर मैं बोलिया मैं कहा जी वैसे तो मैं तुहाडे वचन सुनने सी पर हुण मैनूं माड़ा जिहा बोल लैण दो। मैं कहा जी किसानी मोर्चे ते असीं हक चां लगे आ, पर उहदे विच कल्ले पंजाब वालिआं ने नहीं, यूपी वाले राजस्थान हरियाणे वालिआं ने सारिआं ने लोकां ने आउणा। दूजी गल उहदे विच
किसानी दे विच जाट आ जिन्ने भी हरियाणे दे लोक हरियाणवी जिहड़े सिखां तों हट गए आ उन्होंने भी आना उन्होंने आगुआ की जिम्मेवारी भी आ साडी नाल पर सिख आगुआ तो इतिहास ने भी अज लोगों ने भी पुछना सिख जथेबंदियों तो आगुआ तो सारे सत्कारयोग मैं किसी के विरुद्ध नहीं बोलता पर उन्होंने पूछा जाना कि कौमी इंसाफ मोर्चा चंडीगढ़ 7 जनवरी का लगा साल तो उपर ना गया तो जिहड़ा अटे टाइम जिव जिहा सरकार ने एक्शन लिया ओह जिहा मोर्चा अमृतसर साहब लग गया साढ़े बजुर्ग मावां अपने पुत्तां नाल हो रही बेइंसाफी नूं ना झलदियां होइआं जिथे उन्होंने अपने पेट में नौ नौ महीने रख के उन्होंने इस धरती से लिया पंथ की सेवा करना अज तोरे दवावां दे के उन्होंने तिल तिल करते हुए असाम की जेल में ना वेखदियां होईआं फिर अपने आप को पट्ठी दे विच पाउंदियां होईआं भुख हड़ताल से बह गई उन्होंने बारे तुहानूं पुछा जाणा सिख आगुआं नूं भी की कर रहे हो तुसीं इत्थे आ के हाजरी लवा के चले जाना मैक ते बोल के चले जाना कोई मैनू भी सवाल कर सकता पर मेरे मगर ना कोई छज बजा ना मेरे मगर कोई पूछ जहेदारी की लगी ना किसी डेरेदार की ना किसी अहुदे की सारे सत्कार योग आ जे कोई कहे तू फिर भी क्यों बोलदा फिर मैं कह दूं इन्ना का हक मैं रखदा भी मेरी जिंदगी जिन्ने के संघर्ष आए 6 महीने बरगाड़ी जिहड़ा असीं 13-14 अक्तूबर नूं जिहड़ा कोटकपूरे बह के डांगा ते गोलियां खाधियां जिहड़ा गुरु ग्रंथ साहिब दे इंसाफ च जदों CBI ने रिपोर्ट क्लोज की जी बेअबदी की उदों फिर मोहाली दे विच जदों असी जा रहे सी मोर्चा लगा सी उदों भी कानां दे पत्ते पड़वाए फिर मैं कहूँ मेरे दो चाचे एक दरबार साहब शहीद होया संतां नाल एक ब्रह्मे का साथी चलो बाबा जी कह रहे सीगे भी संतां तों बाद कई कहिंदे किसे ने कुछ कीता नहीं तो भाई अवतार सिंह ब्रह्मे नूं संतां वाला खिताब मिलदा कि उस कद दे ते उस लैवल दा उन्होंने संघर्ष लड़िया बाबा माणो चल वर्गे थम बड़े होए आ सरदार गजिंदर सिंह करके अज तक जिला वतनी कट रहे आ उन्होंने कोई गुनाह नहीं किया आपकी कौम लई हक्कां दी खातर लड़े सरकार नूं भी समझना चाहिए ते हुण जिहड़े अज 92 MLA आ इन्हां चों किन्ने साडे निजी आ जिहड़े संतां दी गल ही करदे सी हुण दी नहीं मैं गल करदा पहलां दी गल नाम ही लै सकदा मैं जिन्ने अंबरधारी आ उन्हां तों बिना भी जिहड़े 92 MLA आ निजी तौर ते जिन्हां नाल प्यार आ साडा उह संतां दी गल ही करदे सी अज भी वह कहिंदे दीप सिद्धू 101% सही सी अमृतपाल सिंह सही आ एक मेरे इलाके का वीर वड्डी टिकट का दावेदार आ वह कहिंदा कोई मेरे तक पहुँच होई अमृतपाल दे जिहड़े नाल सिंघ फड़े आ किसे दो चार कहिंदा मैं कुछ मेन अफसरशाही नाल गल की तो उत्तों तक पता लग गया तो मैनू दाबे वजे भी इस मसले ते गल की तो खबरदार हो जा पार्टी चो बाहर होएगा फिर मैं उन्होंने कहा वीर जे कल नूं हुण तैनू वोटां सानू पाउणियां पैण किहड़े मूंह नाल पावांगे असीं इह नहीं कहिंदे असीं कांग्रेस नूं पा दांगे उदू बाद कोई आए उन्होंने भी साडे नां ते जिन्हां ने दावा कीता उन्होंने भी नहीं पर नोटा तो हैगा जो घसावांगे असीं इस करके असीं वोटां पाईआं ते हक रखदे आं ते भगवंत मान सिंह नूं मैं कहिंदा कि तेथों पहलां भी कोई कहिंदा सी मैनूं कीड़ी तुरी जांदी धरती ते दीदी आ ते फिर गुरु ग्रंथ साहिब महाराज जी का सरूप चोरी करके दुष्ट झूठे सौदे वाले दे चेलियां ने पोस्टर ला के बेअबदी करती वो कोई नहीं दिसे पर फिल्मां दी पोस्टरां दी राखी कराती ते अज हालात वेख ला उन्हां दे ते जे भगवंत मान साहब तैनू नहीं दिस रहीआं साडियां मावां भुखियां तिल तिल विलकदियां जिहड़ा तू सोशल मीडिया तो ही पैदा होके आया तो उसे सोशल मीडिया से साड़ियाँ मावं बेहोश होंदियां फोटो जा रही वीडियो जा रही कोई तेरे नाल रहने वाले मुर्दा तो नहीं सारे जो तेन विखाते नहीं CM साहब आ की हो रहा तो याद रखी वो कीड़ी ना दिसन वाले ने तो फिर भी कुछ समा राज वेख्या कीत्या तो उन्होंने वड्डा कुछ बनाया राज के नाँ ते पर तेरिया जड़ा उपर ही आ ते वोटां पाईआं तैनूं मैं तां खास करके दावे ना कहूंगा मेरे कोले कौलां वी आ फोन ते तेरना जदों करदे हुंदे सी स्क्रीन शॉट भी हैगे आ जदों माड़े चंगे बंदे बारे भी तैनूं कहिंदे सी तेरी पार्टी दा नुकसान करदे आ बापू सूर सिंह कोले तों आउंदा सी तैनूं कहिंदे सी तेरी पार्टी तेरियां लत्तां खिच्चण वाले आ बंदे इहनां नूं पासे कर इस करके जागण दी लोड आ इह साडे हक दी गल आ ते जिहड़े साडे विच्चों इह कहिंदे आ वी ऐ बह गए भुख हड़तालां ते तुहानूं इक दुग झूठ दा कई तुरियां फिरदियां इक दा नां लैता पर इहनां दी परवाह करन दी लोड़ नहीं गुरु नूं असीं जवाब दे आ गुरु साडे अंदर दी जाणदा गुरु साहब साडे संघर्ष बारे जाणदा इह लोकां ने दीप सिद्धू नूं जाण तों बाद भी नहीं बख्शिया गदार तक कहिंदे आ जिहड़े आप गदार आ खुद पंथ दे पंजाब दे ते गुलाम आ उह सिखां दे दुश्मनां दे
ਉਹਨਾਂ ਦੇ ਪਟੇ ਉਹਨਾਂ ਦੇ ਗਲ ਵਿੱਚ ਤੇ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਕਿਵੇਂ ਬਖਸ਼ਣਾ। ਇੱਥੋਂ ਤੱਕ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਪਾਧੀ ਮਿਲੀ ਹੋਈ ਆ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹ ਕਾਂਗਿਆਰੀ, ਇਹ ਦੁਸ਼ਟ ਲੋਕ। ਤੇ ਉੱਥੇ ਹੀ ਮੈਂ ਕਹਿਣਾ ਚਾਹੁੰਦਾ, ਹਿੰਦੂ ਵੀਰ ਜਿਹੜੇ ਸੰਤਾਂ ਦੀ ਫੋਟੋ ਨੂੰ ਗਲਵਕੜੀਆਂ ਪਾ ਕੇ ਰੋਣ ਵਾਲੇ ਅੱਜ ਵੀ ਹੈਗੇ ਆ, ਮੇਰੇ ਮਿੱਤਰ ਹੈਗੇ ਬੜੇ ਮੁਸਲਮਾਨਾਂ ਦੀ ਤਾਂ ਗੱਲ ਹੀ ਛੱਡੋ ਨਾ, ਉਹਨਾਂ ਨੇ ਤਾਂ ਕਿਹਾ ਸੀ ਕਿ ਤੁਹਾਡੇ ਤੋਂ ਬਦਕਿਸਮਤੀ ਇੱਕ ਫਰਿਸ਼ਤਾ ਆਇਆ ਸੀ ਸੰਭਾਲਿਆ ਨਹੀਂ ਗਿਆ ਸੰਤ ਜਰਨੈਲ ਸਿੰਘ ਬਾਰੇ। ਸਾਡੇ ਵਕੀਲ ਜਿਹੜੇ ਗਏ ਸੀ ਪਾਕਿਸਤਾਨ ਦਰਸ਼ਨ ਕਰਨ, ਉਹਨਾਂ ਨੂੰ ਇੱਕ ਬਜ਼ੁਰਗ ਨੇ ਕਿਹਾ ਸੀਗਾ, ਮੁਸਲਮਾਨਾਂ ਦੇ ਨੇ ਜਿਹਨੇ ਪੁੱਛਿਆ ਸੀ ਪੰਜਾਬ ਦੀ ਧਰਤੀ ਤੋਂ ਆਏ ਆ, ਤਾਂ ਰੋ ਪਿਆ ਸੀ ਉਹ ਸੰਤ ਬਾਬਾ ਜਰਨੈਲ ਸਿੰਘ ਨੂੰ ਯਾਦ ਕਰਦਾ। ਇਸ ਕਰਕੇ ਪਰ ਹਿੰਦੂ ਵੀਰ ਦਿੱਲੀ ਵਿੱਚ ਬੈਠੇ ਆ, ਅੱਜ ਵੀ ਹੈਗੇ ਆ। ਆ ਕਿਸੇ ਵੀਰ ਨੇ ਜਿਹੜੀ ਨਵਾਜ਼ ਵਾਲੀ ਫੋਟੋ ਚੱਲੀ, ਪੁਲਿਸ ਨੇ ਲੱਤਾਂ ਮਾਰੀਆਂ। ਜੇ ਉੱਥੇ ਕਿਸੇ ਹਿੰਦੂ ਵੀਰ ਮੰਦਰ ਅੱਗੇ ਬੈਠੇ ਹੁੰਦੇ ਸੜਕ ਤੇ, ਉਹਨਾਂ ਨੂੰ ਕੋਈ ਦੁਸ਼ਟ ਪੁਲਿਸ ਵਾਲਾ ਲੱਤ ਮਾਰਦਾ ਸੀ, ਉਹਦੇ ਤੇ ਵੀ ਵਿਰੋਧ ਕਰਨਾ ਸੀ, ਇਹ ਰੱਬ ਦਾ ਨਾਂ ਲੈ ਰਹੇ ਆ। ਪਰ ਉਹ ਮੁਸਲਮਾਨਾਂ ਨੂੰ ਮਾਰੀਆਂ ਤੇ ਇਸ ਭਾਰਤ ਦੀ ਧਰਤੀ ਤੇ ਰੋਸ ਪੈਦਾ ਹੁੰਦਾ। ਇਸ ਕਰਕੇ ਕਿ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਮੁਸਲਮਾਨ ਸਾਡੇ ਤੇ ਵਾਅਦੇ ਕਰਦੇ ਆ, ਪਾਕਿਸਤਾਨ ਸਾਡੇ ਤੇ, ਪਰ ਉਹ ਉਹਨਾਂ ਦੇ ਧਰਮ ਦੇ ਲੋਕ ਜੇ ਆਪਣੇ ਉਹਨਾਂ ਦਾ ਵਕਤ ਹੋ ਗਿਆ ਨਵਾਜ਼ ਦਾ, ਉਹ ਸੜਕ ਤੇ ਬਹਿ ਕੇ ਕੋਈ ਆਖਰ ਨਹੀਂ ਆ ਗਈ। ਜਦੋਂ ਵੱਡੇ ਵੱਡੇ ਮੰਤਰੀਆਂ ਨੇ ਲੰਘਣਾ ਹੁੰਦਾ ਉਦੋਂ ਕਿਵੇਂ ਜਾਮ ਲੱਗ ਜਾਂਦੇ ਆ। ਇੱਕ ਵੀਰ ਨੇ ਪੋਸਟ ਪਾਈ, ਉੱਤੇ ਥੱਲੇ ਕੁਛ ਹਿੰਦੂਆਂ ਦੇ ਨਾਂ ਤੇ ਗਲਤ ਕਮੈਂਟ ਕਰਤੇ, ਉਹ ਵੀਰ ਲਾਇਬ ਹੋਇਆ ਖੜਾ। ਮੈਂ ਦੇਖਦਾ ਵੀ ਇਹ ਸੋਸ਼ਲ ਮੀਡੀਆ ਇੱਡੀ ਪਰਵਾਹ ਕਰਨ ਦੀ ਲੋੜ, ਉਹ ਕਹਿ ਰਿਹਾ ਹਿੰਦੂ ਇੰਨੇ ਵਿਰੁੱਧ ਸਿੱਖਾਂ ਦੇ, ਮੈਂ ਤਾਂ ਅੱਜ ਵੇਖਿਆ। ਮੈਂ ਉਹਨੂੰ ਕਹਿੰਦਾ ਨਹੀਂ ਵੀਰ ਤੂੰ ਭੋਲਾ, ਆਹ ਵੇਖ ਦਰਬਾਰ ਸਾਹਿਬ ਹਿੰਦੂ ਝੋਲੀਆਂ ਅੱਡ ਅੱਡ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਰੋਂਦੇ, ਝੋਲੀਆਂ ਭਰਦੇ, ਕਿਵੇਂ ਕਹਿ ਦੋਗੇ ਇਹ ਲੋਕ ਹਿੰਦੂ ਨਹੀਂ। ਜਿਵੇਂ ਮੁਸਲਮਾਨ ਰੰਗ ਜੇ ਮੁਸਲਮਾਨ ਨਹੀਂ, ਵਜੀਦਾ ਮੁਸਲਮਾਨ ਨਹੀਂ, ਉਵੇਂ ਲੋਕ ਇਹ ਮੌਕਾ ਫਰਸਤ ਲੋਕ ਜਾਂ ਇਹ ਕੱਟੜਵਾਦੀ ਲੋਕ, ਉਹ ਕੇਵਲ ਹਿੰਦੂਆਂ ਦਾ ਲੈਵਲ ਆ ਕੇ ਜਿਨ੍ਹਾਂ ਦੇ ਵਿੱਚੋਂ ਹੀ ਆ ਸ਼ਿਵ ਸੈਨਾ, RRS, ਹੋਰ ਕਿੰਨਾ ਕੁਛ, ਪਰ ਇੰਨੀਆਂ ਮੜ ਜਾਈਆਂ ਗੱਲਾਂ ਤੇ ਅੱਖਾਂ ਨਾਲ ਵੇਖਿਆ ਕਰੋ। ਜੋ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਕਿ ਕਿਸੇ ਦੀ ਸੁਣੀ ਤੇ ਗੱਲ ਨਹੀਂ ਯਕੀਨ ਕਰਨਾ, ਜਿਹੜੀ ਗੱਲ ਤੁਸੀਂ ਪ੍ਰਤੱਖ ਆਪ ਨਹੀਂ ਆਪਦੇ ਕੰਨੀ ਸੁਣ ਲੈਂਦੇ, ਵੇਖ ਲੈਂਦੇ ਅੱਖਾਂ ਦੇ ਨਾਲ। ਇਸ ਕਰਕੇ ਜੇ ਇਹ ਚੀਜ਼ਾਂ ਤੇ ਅਸੀਂ ਗੌਰ ਕਰ ਲਈਏ, ਫਿਰ ਜਿਹੜੀਆਂ ਬਾਬਾ ਜੀ ਨੇ ਦੱਸਿਆ, ਬਾਬਾ ਬਖਸ਼ੀਸ਼ ਸਿੰਘ ਨੇ ਕਿ ਉਧਰੋਂ ਸੁਣੀ ਮਾੜੀ ਜੀ ਗੱਲ ਤੇ ਇੱਥੇ ਆ ਕੇ ਵਧਾ ਕੇ ਕਰਤੀ, ਤੇ ਜੇ ਸਾਨੂੰ ਗੁਰੂ ਦਾ ਡਰ ਪੈ, ਗੁਰੂ ਸਾਹਿਬ ਦੀ ਸੰਗਤ, ਗੁਰੂ ਸਾਹਿਬ ਜੀ ਦੇ ਜੇ ਬਚਨ ਸਾਨੂੰ ਯਾਦ ਆ ਜਾਣ ਕਿ ਵਿਸਰ ਗਈ ਸਭ ਤਾਤ ਪਰਾਈ, ਕਦੋਂ ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਅਸੀਂ ਗੁਰੂ ਦੇ ਬਚਨਾਂ ਨੇ ਸਾਡਾ ਉਪਾਰ ਉਤਾਰਾ ਕਰਨਾ, ਜੇ ਗੁਰੂ ਦੇ ਬਚਨ ਸਾਡੇ ਹਿਰਦੇ ਵਿੱਚ ਹੋਣਗੇ ਫਿਰ ਹੀ ਅਸੀਂ ਸੰਘਰਸ਼ਾਂ 'ਚ ਕਾਮਯਾਬ ਹੋਵਾਂਗੇ, ਫਿਰ ਹੀ ਜੇ ਸੰਘਰਸ਼ 'ਚ ਬੈਠਿਆਂ ਸਾਨੂੰ ਕੋਈ ਜ਼ਬਰ ਦਾ ਸਾਹਮਣਾ ਕਰਨਾ ਪੈਂਦਾ। ਫਿਰ ਮਹਾਰਾਜ ਦੀ ਬਾਣੀ ਕਹਿੰਦੀ, ਜਿਉਂ ਮੰਦਰ ਕੋ ਥੰਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਣੇ ਅਸ ਥੰਮਣ, ਤੇ ਮਨ ਨੇ ਝਲਣਾ ਪਹਿਲਾਂ ਜ਼ਬਰ, ਫਿਰ ਸਰੀਰ ਨੇ ਨਾਲ ਸਾਥ ਦੇਣਾ। ਜੇ ਸਾਡਾ ਮਨ ਹੀ ਡੋਲ ਗਿਆ ਵੀ ਸਰਕਾਰ ਸਾਡੇ ਤੇ ਧੱਕਾ ਕਰੂਗੀ, ਇੱਥੇ ਅਸੀਂ ਬੋਲੇ, ਇੱਥੋਂ ਅਸੀਂ ਬੈਠੇ ਮੋਰਚੇ 'ਚ, ਤੇ ਸਾਨੂੰ ਚੱਕ ਕੇ ਪੰਜਾਬ ਸਰਕਾਰ ਜੇਲ੍ਹਾਂ ਹੀ ਨਾ ਸਿੱਟ ਦੇ, ਸਿੱਟ ਦੇਵੇ ਭਾਈ ਦੱਸ ਕੇ, ਜੇ ਕਸੂਰ ਦੱਸ ਕੇ ਸਿੱਟੂਗੀ ਤੇ ਫਿਰ ਅਸੀਂ ਬੇਕਸੂਰੇ ਹਾਂ, ਤੇ ਜੇ ਉਹ ਫਿਰ ਵੀ ਸਿੱਟੂਗੀ ਫਿਰ ਉਹਨਾਂ ਨੂੰ ਵੀ ਤਾਂ ਲੇਖੇ ਦੇਣੇ ਪੈਣੇ ਜਾ ਕੇ ਕਿਤੇ। ਭਗਵੰਤ ਮਾਨ ਹੀ ਕਹਿੰਦਾ ਰਿਹਾ ਵੀ ਬਿਅੰਤੇ ਬੁੱਚੜ ਵਰਗਿਆਂ ਨੂੰ ਲੇਖੇ ਦੇਣੇ ਪੈਣੇ ਦਰਗਾਹ 'ਚ, ਇੰਦਰਾ ਵਰਗਿਆਂ ਨੂੰ ਹੈਗਾ ਸਪੀਚਾਂ, ਇਹ ਕਮੇਡੀ ਵਾਲੇ ਕਿਹੜਾ ਘੱਟ ਕਰਦੇ ਹੁੰਦੇ ਆ ਸਾਰੇ ਲੀਡਰਾਂ ਨਾਲ, ਇਹ ਤਾਂ ਇੱਥੋਂ ਹੀ ਪੈਦਾ ਹੋਇਆ ਸੀ ਇਹਨਾਂ ਦੀਆਂ ਸਾਰੀਆਂ ਦੱਸ ਦੱਸ ਕੇ ਕਰਤੂਤਾਂ, ਤੇ ਫਿਰ ਆਪ ਵੀ ਜੇ ਉਸੇ ਰੰਗ ਵਿੱਚ ਹੀ ਗਵਾਚਾ ਰਿਹਾ ਜਿਹੜੇ ਆਪਦੇ ਫਰਜ਼ ਆ ਪੰਜਾਬ ਵਾਸਤੇ, ਉਹ ਕੰਮ ਕਰ ਰਿਹਾ, ਨੌਕਰੀਆਂ ਦੇ ਰਿਹਾ, ਕੋਈ ਸ਼ੱਕ ਨਹੀਂ, ਪਰ ਸਿੱਖ ਪੰਥ ਦੀ ਜਿੱਥੇ ਗੱਲ ਆ, ਤੇ ਬੇਨਤੀ ਇਹੀ ਆ, ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਹੋਈ ਆ, ਪਰ ਉਹ ਕਮੇਟੀ ਨੂੰ ਤੇ ਜਥੇਦਾਰ ਸਾਹਿਬ ਨੂੰ ਪਰਿਵਾਰਾਂ ਦੀ ਹਾਲਤ ਵੇਖ ਕੇ, ਸਮਾਂ ਵੇਖ ਕੇ, ਜੇਲ੍ਹ ਵਿੱਚ ਸਿੰਘਾਂ ਦਾ ਵਕਤ ਨਹੀਂ ਵੇਖਣਾ ਚਾਹੀਦਾ ਵੀ ਵਿੱਚ ਵੀਰਵਾਰ ਤੇ ਸ਼ੁੱਕਰਵਾਰ ਆ ਜੂਗਾ ਆਪਾਂ ਐਤਵਾਰ ਰੱਖਾਂਗੇ, ਏਦਾਂ ਦੀ ਗੱਲ ਕੋਈ ਨਹੀਂ। ਜਥੇਦਾਰ ਸਾਹਿਬ ਜੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੂੰ ਜੇ ਦਿਲੋਂ ਸਰਕਾਰ ਨੂੰ ਚੇਤਾਵਨੀ ਦੇ ਦੇਣ ਤੇ ਮਸਲਾ ਬਾਲਾ ਲੰਮਾ ਨਹੀਂ। ਜਥੇਬੰਦੀਆਂ ਦੇ ਆਗੂ, ਸੰਪਰਦਾਵਾਂ ਦੇ ਆਗੂ, ਪਰ ਗੱਲ ਉਹ ਆ ਕਿ ਜਿਹੜੀ ਮਨ ਚੋਂ ਕਹੀ ਉਹਦਾ ਅਸਰ ਹੁੰਦਾ ਸਰਕਾਰਾਂ ਤੇ, ਜਿਹੜੇ ਜਿਹੜੇ ਦਿਲੋਂ ਬੋਲਦੇ ਆ ਪੰਥ ਦੇ ਹੱਕ 'ਚ ਪੰਥ ਦੇ ਮਸਲਿਆਂ ਤੇ,
ਫਿਰ ਉਹਦੇ ਤੇ ਸਰਕਾਰਾਂ ਗੌਰ ਕਰਦੀਆਂ ਜਿਵੇਂ ਦੀਪ ਸਿੱਧੂ ਤੇ ਕੀਤਾ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਵੇਲੇ ਸੁਣ ਲਓ ਜਿਹੜੇ ਬੈਠੇ ਸੰਘਰਸ਼ ਦੇ ਹਾਣੀ ਕਿ ਇੱਕ ਅੱਧਾ ਬਚਨ ਹੀ ਬੋਲਦੇ ਸੀ ਮਹਾਂਪੁਰਸ਼ ਤੇ ਦਿੱਲੀ ਤੱਕ ਤਖਤ ਕੰਬਲ ਲੱਗ ਪੈਂਦਾ ਸੀ ਤੇ ਨਾਲ ਦੀ ਨਾਲ ਹੀ ਵਿਚੋਲੇ ਪੈ ਜਾਂਦੇ ਸੀ ਦੱਸੋ ਜੀ ਕਿਵੇਂ ਹੱਲ ਕਰਨਾ ਤੇ ਉਦੋਂ ਬਾਅਦ ਸੰਤਾਂ ਦੇ ਨਾਲ ਜੇ ਰਹਿਣ ਵਾਲੇ ਗਦਾਰ ਆ ਉਹ ਜਾ ਕੇ ਦਿੱਲੀ ਵਾਲਿਆਂ ਨੂੰ ਕਹਿੰਦੇ ਸਾਨੂੰ ਦੱਸੋ ਕੀ ਕਰਨਾ ਫਿਰ ਉਹ ਵੀ ਹੁਣ ਤੁਰੇ ਹੀ ਫਿਰਦੇ ਲੋਥਾਂ ਚੁੱਕ ਕੇ ਇੱਥੇ ਤੇ ਪਰ ਪੱਤ ਗਵਾ ਕੇ ਦੁਨੀਆਂ ਤੋਂ ਜਾਣਗੇ ਇਸ ਕਰਕੇ ਅੱਜ ਵੀ ਦੀਪ ਸਿੱਧੂ ਦਿਲੋਂ ਬੋਲਿਆ ਫਿਰ ਹੋਰ ਬੜੇ ਵੀਰ ਤੇ ਅੰਮ੍ਰਿਤਪਾਲ ਸਿੰਘ ਨੂੰ ਜ਼ਿੰਮੇਵਾਰੀ ਮਿਲ ਗਈ ਬੇਨਤੀ ਆ ਕਿ ਤਾਂ ਜਥੇਬੰਦੀ ਵਾਰਸ ਪੰਜਾਬ ਦੀ ਕਿ ਧੜੇਬੰਦੀਆਂ ਛੱਡ ਦੇਈਏ ਉਹ ਸੰਤ ਭੇਵੇ ਵਾਲੇ ਅਸੀਂ ਅੰਮ੍ਰਿਤ ਛਕਿਆ ਉਹਨਾਂ ਦੇ ਬਚਨ ਸੁਣ ਕੇ ਉਹ ਕਹਿੰਦੇ ਹੁੰਦੇ ਸੀ ਕਿ ਬਾਬਾ ਬਖਸ਼ੀਸ਼ ਸਿੰਘ ਕਹਿ ਕੇ ਗਿਆ ਕਿ ਇਤਿਹਾਸ ਦੀ ਗੱਲ ਵੀ ਚੱਲਣੀ ਚਾਹੀਦੀ ਮੈਂ ਆਪਦੀ ਦੀ ਗੱਲ ਕਰਦਾ ਅਸੀਂ ਅੰਮ੍ਰਿਤ ਛਕਿਆ ਉਹਨਾਂ ਦੀਆਂ ਕੈਸਟਾਂ ਸੁਣੀਆਂ ਕਹਿੰਦਾ ਸੀ ਮਰ ਜਾਓ ਨਾ ਮਰੋ ਉਹ ਆ ਬਚਨ ਕਰਦੇ ਕਿਵੇਂ ਮਰ ਜਾਓ ਕਹਿੰਦੇ ਸੀ ਅੰਮ੍ਰਿਤ ਛਕਦਿਆਂ ਸਾਰੀ ਮਰ ਜਾਓ ਨਾ ਨਾ ਕਹਿੰਦੇ ਅੰਮ੍ਰਿਤ ਛਕਣ ਤੋਂ ਬਿਨਾਂ ਨਾ ਮਰ ਜਾ ਜੇ ਤੇ ਮੈਂ ਕੱਲ ਕਿਸੇ ਆਗੂ ਨੂੰ ਵੀ ਇਹ ਗੱਲ ਕਹੀ ਉਹ ਮੈਂ ਕਿਹਾ ਮਰ ਜਾਓ ਹੰਕਾਰ ਛੱਡ ਕੇ ਮਰ ਜਾ ਜੇ ਉਹ ਧੜੇਬੰਦੀਆਂ ਛੱਡ ਕੇ ਮਰ ਜਾ ਜੇ ਤੁਸੀਂ ਅੱਜ ਛੱਡ ਦਿਓ ਧੜੇਬੰਦੀਆਂ ਆਪਦੀ ਆਪਦੀ ਹਉਮੈ ਸਰਕਾਰ ਤਾਂ ਤੁਹਾਨੂੰ ਪੁੱਛੂ ਦੱਸੋ ਜੀ ਕਿਵੇਂ ਤੁਹਾਡੇ ਸਿੰਘ ਬਾਹਰ ਲਿਆਉਣੇ ਕਿਹੜੀ ਜੇਲ੍ਹ 'ਚ ਲਿਆਉਣੇ ਆ ਇਹਨਾਂ ਪਰਿਵਾਰਾਂ ਨੂੰ ਕਿੱਥੇ ਕਿੱਥੇ ਛੱਡ ਕੇ ਆਉਣਾ ਪਰ ਉਹਨਾਂ ਨੂੰ ਸਾਰਾ ਪਤਾ ਵੀ ਖੇਡ ਕੀ ਚੱਲ ਰਹੀ ਆ ਵੋਟਾਂ ਦਾ ਸੀਜ਼ਨ ਆ ਤੇ ਪੰਥ ਦੇ ਨਾਂ ਤੇ ਵੋਟਾਂ ਲੈਣ ਵਾਲਿਆਂ ਦੀ ਤਾਂ ਲਾਈਨ ਬੜੀ ਲੰਮੀ ਆ ਗੁਰੂ ਸਮਤ ਬਖਸ਼ੇ ਮੈਂ ਕਿਸੇ ਦੇ ਵਿਰੁੱਧ ਨਹੀਂ ਤੇ ਨਾ ਇੱਥੋਂ ਕੋਈ ਵੀ ਗੱਲ ਇਹ ਜੀ ਨਹੀਂ ਹੋਣੀ ਚਾਹੀਦੀ ਤੇ ਪਰ ਮੈਂ ਫਿਰ ਵੀ ਕਹਿੰਦਾ ਵੀ ਜਿਹੜਾ ਵੀ ਅੱਜ ਕੁਰਸੀ ਦੇ ਲਾਲਚ 'ਚ ਵੀ ਆ ਪਰ ਹਰੇਕ ਪੰਥਕ ਦੀ ਕੋਈ ਨਾ ਕੋਈ ਸੇਵਾ ਹੈ ਕੌਮ ਨੂੰ ਦੇਣ ਹੈ ਪਰ ਉਹਨੀ ਪੂਰੀ ਨਹੀਂ ਕਰ ਸਕਿਆ ਕਿ ਉਹਦੇ ਕੌਮ ਵਿਸ਼ਵਾਸ ਕਰ ਸਕੇ ਉਹ ਡਿੱਕ ਡੁੱਲ ਆਪ ਵੀ ਖਾਂਦੇ ਫਿਰਦੇ ਆ ਕੌਮ ਵੀ ਮੰਝ ਧਾਰ ਵਿੱਚ ਫਸੀ ਹੋਈ ਆ ਜੇ ਕਿਤੇ ਕੁਰਸੀ ਦਾ ਮੋਹ ਛੱਡ ਕੇ ਪੰਥ ਨੂੰ ਸਮਰਪਿਤ ਹੋ ਜਾਣ ਦੀਪ ਸਿੱਧੂ ਹੋਇਆ ਸੀ ਰਾਜਨੀਤੀ ਦੀ ਗੱਲ ਕਰਦਾ ਵੀ ਰਾਜਨੀਤੀ ਕਰਨ ਵਾਲਿਆਂ ਨੂੰ ਸਿੱਧੇ ਕਰਾਂਗੇ ਅਸੀਂ ਨਹੀਂ ਰਾਜਨੀਤੀ ਕਰਨੀ ਤੇ ਭਾਈ ਅੰਮ੍ਰਿਤਪਾਲ ਸਿੰਘ ਵੀ ਇਹ ਕਹਿੰਦਾ ਵੀ ਰਾਜਨੀਤੀ ਕਰਨ ਵਾਲਿਆਂ ਦੇ ਵਿੱਚ ਜਿਹੜੀ ਘਾਟ ਆ ਜਿਹੜਾ ਪੰਜਾਬ ਨਾਲ ਉਹ ਵਿਤਕਰਾ ਕਰਦੇ ਜਾਂ ਪੰਜਾਬ ਦੇ ਜੰਮੇ ਜਿਹੜੇ ਰਾਜਨੀਤੀ ਦਿੱਲੀ ਦੇ ਇਸ਼ਾਰਿਆਂ ਤੇ ਕਰਦੇ ਇਹਨਾਂ ਨੂੰ ਸਿੱਧੇ ਕਰਨਾ ਇਹ ਹੱਕ ਵੀ ਬਣਦਾ ਮੈਂ ਵੀ ਕਹਿੰਦਾ ਮੈਂ ਵੋਟ ਪਾਉਣਾ ਜਿਹਨੂੰ ਵੋਟ ਪਾਉਣਾ ਉਹ MLA ਸਾਡੇ ਪੰਜਾਬ ਦੀ ਗੱਲ ਨਾ ਕਰੇ ਸਾਡੇ ਪਾਣੀਆਂ ਦੀ ਗੱਲ ਨਾ ਕਰੇ ਸਿੱਖੀ ਦੀ ਤਾਂ ਦੂਰ ਰਹਿ ਗਈ 92 MLA ਨੂੰ ਮੈਂ ਪੁੱਛੂੰਗਾ ਜਦੋਂ ਮਿਲੇ ਵੀ ਅੰਮ੍ਰਿਤ ਸਿੰਘਾਰ ਕਿੱਥੇ ਕਰਾਇਆ ਤੁਸੀਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਪੀਕਰ ਸਾਹਿਬ ਤਾਂ ਮਿਲਦੇ ਰਹਿੰਦੇ ਨੂੰ ਇੱਕੋ ਗੱਲ ਹੀ ਕਹਿਣਾ ਨਾ ਸਪੀਕਰ ਸਾਹਿਬ ਕਰਤਾਰ ਸਿੰਘ ਸੰਧਵਾਂ ਕਲਗੀਆਂ ਵਾਲਾ ਬਾਪੂ ਵੱਡੇ ਵੱਡੇ ਪਰਚੇ ਪਾਉਂਦਾ ਹੁੰਦਾ ਜਦੋਂ ਅੰਮ੍ਰਿਤ ਛਕਾਉਂਦੇ ਆ ਪੰਜ ਪਿਆਰੇ ਸਾਹਿਬ ਵੀ ਦੱਸਦੇ ਆ ਕਿ ਪੰਥ ਤੇ ਜਦੋਂ ਭੀੜ ਪਈ ਉਦੋਂ ਪੰਥ ਨਾਲ ਖੜਨਾ ਇਹ ਸਾਡੀ ਮਰਜ਼ਾਦਾ ਉਵੇਂ ਰਹਿਣੀ ਜੇ ਕੋਈ ਕਹੂ ਮੈਂ ਨਹੀਂ ਖੜਨਾ ਕਹਿੰਦਾ ਚੱਲ ਬਾਹਰ ਤੈਨੂੰ ਨਹੀਂ ਅੰਮ੍ਰਿਤ ਛਕਾਉਣਾ ਸਿਰ ਦੇਣ ਦੀ ਲੋੜ ਪਈ ਇਹ ਸਵਾਲ ਹੁੰਦਾ ਸਾਡੇ ਪੰਜ ਪਿਆਰੇ ਸਾਹਿਬ ਜੋ ਕਲਗੀਆਂ ਵਾਲੇ ਬਾਪੂ ਵੱਲੋਂ ਸਾਜਿਆ ਆ ਪੰਥ ਜੇ ਕੋਈ ਮੇਰੇ ਕਾ ਕਹਦੇ ਸਿਰ ਨਹੀਂ ਦੇਣਾ ਤੇ ਹੁਣ ਅਸੀਂ ਸੋਚ ਲਈਏ ਸਿਰ ਤਾਂ ਅਸੀਂ ਨਾਲ ਹੀ ਲਈ ਫਿਰਦੇ ਆ ਪਰ ਅੱਜ ਸਾਨੂੰ ਸਿਰ ਕਰਨ ਦੀ ਕੀ ਲੋੜ ਆ ਵੀ ਸਿਰ ਕੇਵਲ ਕੇਸਰੀ ਨਿਸ਼ਾਨ ਸਾਹਿਬ ਥੱਲੇ ਕੇਵਲ ਅਕਾਲ ਤਖਤ ਸਾਹਿਬ ਦੇ ਅੱਗੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੇਵਲ ਪੰਥਕ ਇਕੱਠ ਦੇ ਅੱਗੇ ਝੁਕਣਾ ਚਾਹੀਦਾ ਆਪਦੀ ਆਪਦੀ ਤਾਂ ਧੜੇਬੰਦੀ ਨਹੀਂ ਕਿਉਂ ਰਾਜ ਕਰੇਗਾ ਖਾਲਸਾ ਕਿਹਾ ਮਹਾਰਾਜ ਨੇ ਖਾਲਸੇ ਦੇ ਵਿੱਚ ਸਮੁੱਚਾ ਪੰਥ ਆਉਂਦਾ ਕੋਈ ਸੰਪਰਦਾ ਵੱਖਰੀ ਨਹੀਂ ਸਤਿਕਾਰਯੋਗ ਆ ਸਾਡੀਆਂ ਸੰਪਰਦਾ ਸਾਡੀਆਂ ਜਥੇਬੰਦੀਆਂ ਸਾਡੇ ਪ੍ਰਚਾਰਕ ਪਰ ਬਾਈ ਮਜਬੂਰੀ ਆ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਸਟੇਜਾਂ ਤੇ ਕਥਾ ਦੇ ਨਾਂ ਤੇ ਕਹਿੰਦੇ ਵੀ ਮੇਰੇ ਅੱਗੇ ਬੈਠੇ ਸਿਰ ਮਾਰੀ ਜਾਓ ਸੁਣੀ ਜਾਓ ਮੈਂ ਉਦੋਂ ਬਾਅਦ ਜਾਊਂਗਾ ਆਪਦੇ ਘਰੇ ਮੈਨੂੰ ਦੇ ਦਿਆ ਜੇ 5500 ਤੇ ਪਰ ਮੈਂ ਤੁਹਾਡੇ ਆ ਮੋਰਚਿਆਂ ਤੇ ਬੈਠੇ ਤੁਹਾਡੇ ਪੰਥਕ ਮਸਲੇ ਇਹਨਾਂ ਬਾਰੇ ਨਹੀਂ ਬੋਲਣਾ ਇਹਨਾਂ ਬਾਰੇ ਬੋਲਿਆ ਤਾਂ ਮੈਨੂੰ ਉਧਰ ਆ ਜਾਣਾ ਥਾਣੇ 'ਚੋਂ ਵੀ ਆਓ ਭਾਈ ਹਾਜ਼ਰੀ ਲਵਾਓ ਤੁਸੀਂ ਕਿਵੇਂ ਬੋਲ ਆਏ ਇਹਨਾਂ ਲੋਥਾਂ ਦਾ ਤਾਂ ਅਸੀਂ ਨਹੀਂ ਵੀ ਹਮਾਇਤ ਕਰਦੇ ਗੇ ਇਹ ਗੁਰੂ ਦੇ ਨਾਂ ਤੇ ਗੁਰੂ ਦੀਆਂ ਸੰਗਤਾਂ ਦੀਆਂ ਗਰਾਈਆਂ ਗੁਰੂ ਕੇ ਨਾਂ ਤੇ ਗੁਰੂ ਦੀਆਂ ਸੰਗਤਾਂ ਦੀਆਂ ਮਾਇਆ ਖਾ ਕੇ ਕਥਾ ਕਰਕੇ ਦੁਬਧਾ ਪਾ ਕੇ ਪੰਥ ਵਿੱਚ ਜਾਂਦੇ ਆ ਇਹਨਾਂ ਨੂੰ ਮੈਂ ਕਹਿੰਦਾ ਸਮੱਤ ਤੁਹਾਨੂੰ ਕਿਤੇ ਆਵੇ ਆਪਦੇ ਸਮੇਂ ਦੇ ਨਾਲ ਤੁਰ ਤੁਸੀਂ ਵੀ ਜਾਣਾ ਤੇ ਪਰ ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਇਸ ਕਰਕੇ ਸਮਾਂ ਸ਼ਾਇਦ ਬਾਹਲਾ ਹੋ ਰਿਹਾ ਸੋ ਮੈਂ ਆਪਦੀ ਗੱਲ ਨੂੰ ਸੰਕੋਚ ਕਰਾਂ ਸੋ ਇਹਨਾਂ ਬਜ਼ੁਰਗਾਂ ਮਾਵਾਂ ਦੇ ਅੱਗੇ ਸੀ ਝੁਕਦਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਸਾਡੇ ਦਿਲ ਦੀ ਹੂਕ ਇਹਨਾਂ ਅੰਨੀਆਂ ਬੋਲੀਆਂ ਸਰਕਾਰਾਂ ਤੱਕ ਇਹਨਾਂ ਦੇ ਨੁਮਾਇੰਦਿਆਂ ਤੱਕ ਜਿੱਥੇ ਸੈਂਟਰ ਤਾਂ ਹੈ ਹੀ ਸਾਡੇ ਸਿੱਖੀ ਦਾ ਤੇ ਪੰਜਾਬ ਦਾ ਵਿਰੋਧੀ ਕੋਈ ਸ਼ੱਕ ਨਹੀਂ ਸਾਡੀਆਂ ਪਾਵਰਾਂ ਘਟਾ ਰਿਹਾ ਪਾਣੀ ਵੰਡਣ ਦੇ ਮਸਲੇ ਹੋਰ ਸਾਡੇ ਨਾਲ ਜਿਹੜੇ ਵਿਤਕਰੇ ਰੋਜ਼ ਹੋ ਰਹੇ ਆ ਪਰ ਪੰਜਾਬ ਦੀ ਸਰਕਾਰ ਤੇ ਸਿੱਖ ਹੁਣ ਕੀ ਕਹੀਏ ਜਿਹਨੂੰ ਕਹੀਦਾ ਉਹ ਕਹਿੰਦਾ ਐਵੇਂ ਮਾਰੀ ਜਾਂਦੇ ਤੁਹਾਡਾ ਮੁੱਖ ਮੰਤਰੀ ਪੱਗ ਵਾਲਾ ਉਹ ਜਦੋਂ ਵੋਟਾਂ ਆਉਂਦੀਆਂ ਉਦੋਂ ਹਿੰਦੂ ਵੀਰ ਉਹ ਰੌਲਾ ਪਾਉਂਦੇ ਉਹਨਾਂ ਦੇ ਜਿਹੜੇ ਇਹ
ਮੌਕਾ ਪ੍ਰਸਤ ਜਾਂ ਫਰਕਾ ਪ੍ਰਸਤ ਜਿਹੜੇ ਲੋਕ ਹੁੰਦੇ ਆ ਕਿ ਇੱਥੇ ਸਾਡਾ ਬੰਨਾ ਚਾਹੀਦਾ ਤੇ ਹੁਣ ਅਸੀਂ ਸਾਰੀ ਕੌਮ ਆਪਦੇ ਪੱਗ ਵਾਲੇ ਤੋਂ ਦੁਖੀ ਹੋਏ ਬੈਠੇ ਆ ਵੀ ਕਿੱਡੀ ਕੁ ਸਾਡੀ ਮੰਗ ਆ ਤੁਸੀਂ ਸਜ਼ਾ ਦੇਤੀ ਨਜਾਇਜ਼ ਦੇਤੀ ਤੁਸੀਂ ਜਾਇਜ਼ ਗੱਲ ਕਰੋ ਮੈਨੂੰ ਕਿਸੇ ਦਾ ਨਹੀਂ ਪਤਾ ਮੈਂ ਕਹਿੰਦਾ ਜਨਾਲੇ ਜੋ ਹੋਇਆ ਜਿਹੜੀ ਤੁਸੀਂ ਬਣਦੀ ਕਿ ਉਹ ਪਹਿਲੀ ਗੱਲ ਤਾਂ ਤੁਸੀਂ ਝੂਠੇ ਵੀ ਉੱਥੇ ਮੌਕੇ ਤੇ ਜਿਹੜੀ ਤੁਸੀਂ ਹੋਈ ਦੇ ਪਰਚੇ ਪਾਏ ਆ ਉਹ ਤੁਸੀਂ ਮੌਕੇ ਤੇ ਉੱਥੇ ਅਰੈਸਟ ਕਰਦੇ ਸਿੰਘਾਂ ਨੂੰ ਮੌਕੇ ਤੇ ਕੇਸ ਚਲਾਉਂਦੇ ਕੇਸ ਤੁਸੀਂ ਉਸੇ ਦਿਨ ਹੀ ਪਾਇਆ ਪਰ ਕਿੰਨੇ ਮਹੀਨਿਆਂ ਬਾਅਦ ਤੁਸੀਂ ਇਹ ਗੱਲ ਕੀਤੀ ਆ ਇਹਦਾ ਮਤਲਬ ਤੁਸੀਂ ਡਰ ਗਏ ਜਾਂ ਤੁਹਾਨੂੰ ਕਾਨੂੰਨ ਆਗਿਆ ਦਿੰਦਾ ਵੀ ਕਿਵੇਂ ਧੋਖੇ ਨਾਲ ਕਿਸੇ ਨੂੰ ਵਲਣਾ ਇਹ ਕੋਈ ਕਾਨੂੰਨ ਤਾਂ ਕਹੂਗਾ ਨਹੀਂ ਪੜ੍ਹ ਕੇ ਨਹੀਂ ਤੁਸੀਂ ਸੁਣਾ ਸਕਦੇ ਵੀ ਸਾਨੂੰ ਕਾਨੂੰਨ ਕਹਿੰਦਾ ਜਿਹੜਾ ਪੰਥ ਦੀ ਗੱਲ ਕਰਦਾ ਜਿਹੜਾ ਆਪਦੇ ਸਿਧਾਂਤ ਦੀ ਗੱਲ ਕਰਦਾ ਉਹਨੂੰ ਵਲ ਛਲ ਦੇ ਨਾਲ ਲਓ ਇਹ ਤੁਸੀਂ ਚਲਾਈ ਜਾਂਦੇ ਆ ਜਿਵੇਂ ਉਸ ਸਮਿਆਂ ਦੇ ਵਿੱਚ ਮਹਾਰਾਜ ਨੇ ਕਿਹਾ ਸੀ ਕਾਜੀ ਕੂੜ ਮਲ ਖਾਏ ਬਾਹਮਣ ਨਹਾਵੇ ਜੀਆਂ ਘਾਏ ਉਹ ਸਾਰਾ ਕੁਛ ਉਦੋਂ ਕਾਜੀ ਦੇ ਕੋਲੇ ਪਾਵਰ ਸੀ ਮੁਗਲ ਪ੍ਰਸ਼ਾਸਨ ਦੀ ਵੀ ਜੋ ਫਤਵਾ ਦੇਣਾ ਸੀ ਉਹ ਦਿੰਦਾ ਸੀ ਉਹ ਲਾਗੂ ਕਰ ਦਿੰਦਾ ਸੀ ਬਾਦਸ਼ਾਹ ਤੇ ਐਵੇਂ ਹੀ ਬ੍ਰਾਹਮਣ ਉਹ ਕਿਵੇਂ ਮਤਲਬ ਪਖੰਡਵਾਦ ਦੇ ਨਾਂ ਤੇ ਦੇਵੀ ਬਲੀ ਮੰਗਦੀ ਆ ਦਿਓ ਬਲੀਆਂ ਕਾਲੀ ਸ਼ਰਾਬ ਮੰਗਦੀ ਆ ਦਿਓ ਕਾਲੀ ਇਹ ਸਾਰਾ ਉਹਨਾਂ ਨੇ ਪੁਜਾਰੀਵਾਦ ਨੇ ਕੀਤਾ ਜੀ ਧਰਮ ਕੋਈ ਨਹੀਂ ਮਾੜਾ ਪਿਆਰ ਹਰੇਕ ਧਰਮ ਸਿਖਾਉਂਦਾ ਇਸ ਕਰਕੇ ਕੇਸਾਂ ਤੇ ਦਸਤਾਰ ਦਾ ਰੌਲਾ ਪੈਂਦਾ ਜੇ ਧਰਮ ਨੂੰ ਮੰਨ ਲਗੇ ਕਿਹੜਾ ਰਹਿਬਰ ਜਿਹੜਾ ਕੇਸਾਂ ਤੋਂ ਬਿਨਾਂ ਹੋਇਆ ਤੇ ਜਿਹੜਾ ਕੇਸਾਂ ਵਾਲਾ ਹੋਇਆ ਉਹਨੇ ਦਸਤਾਰ ਤਾਂ ਸਜਾਈ ਸਜਾਈ ਆ ਕੇਸ ਤਾਂ ਢਕੇ ਹੀ ਆ ਕਿਸੇ ਟਾਈਮ ਇਬਾਦਤ ਕਰਦਿਆਂ ਬੰਦਗੀ ਕਰਦਿਆਂ ਜਿਹੜੇ ਮੁਸਲਮਾਨਾਂ ਚੋਂ ਸਾਈ ਮਤ ਚੋਂ ਜਾਂ ਕਿਸੇ ਹਿੰਦੂ ਧਰਮ ਚੋਂ ਹੋਏ ਕਿਸੇ ਟਾਈਮ ਉਹ ਸੂਰਜ ਦੀਆਂ ਕਿਰਨਾਂ ਲੈਣ ਵਾਸਤੇ ਕੇਸ ਨੰਗੇ ਰੱਖ ਕੇ ਬੈਠ ਕੇ ਬੰਦਗੀ ਕਰਦੇ ਉਹ ਫੋਟੋਆਂ ਬਣ ਜਾਂਦੀਆਂ ਪਰ ਇਹ ਥੋੜ੍ਹੀ ਕਿ ਕੇਸਾਂ ਦਾ ਜਿਹੜਾ ਨਿਯਮ ਆ ਪਰਮੇਸ਼ਰ ਦਾ ਗੁਰੂ ਨਾਨਕ ਪਾਤਸ਼ਾਹ ਨੇ ਨਿਯਮ ਦੀ ਗੱਲ ਕੀਤੀ ਉਹ ਕੇਸ ਢੱਕ ਕੇ ਸਤਿਕਾਰ ਦੇ ਨਾਲ ਦਸਤਾਰ ਸਜਾਉਣੀ ਇਹ ਗੁਰਬਾਣੀ ਦਾ ਹੀ ਬਚਨ ਆ ਕਿ ਸਾਬਤ ਸੁਰ ਦਸਤਾਰ ਸਿਰਾ ਸੋ ਇਸ ਕਰਕੇ ਦਸਤਾਰ ਸਾਡੇ ਰਹਿਤਨਾਮਿਆਂ ਦੇ ਬਚਨ ਆ ਇਸ ਕਰਕੇ ਵਿਵਾਦ ਨਹੀਂ ਪੈਣੇ ਚਾਹੀਦੇ ਪੱਗ ਦੀ ਗੱਲ ਆਉਂਦੀ ਇਕੱਲੀ ਸਿੱਖਾਂ ਦੇ ਹੱਕ 'ਚ ਸਾਡੇ ਗੁਰੂ ਨੇ ਇਹ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਡੰਕੇ ਦੀ ਚੋਟ ਤੇ ਕਿਹਾ ਸੀ ਕਿ ਤੁਸੀਂ ਕਹਿੰਦੇ ਹੋ ਵੀ ਕੋਈ ਦਸਤਾਰ ਨਹੀਂ ਸਜਾ ਸਕਦਾ ਘੋੜੇ ਤੇ ਨਹੀਂ ਚੜ੍ਹ ਸਕਦਾ ਮੇਰੇ ਸਿੱਖ 30 ਦਸਤਾਰ ਸਿਉਣਗੇ ਤਿੰਨ ਤਿੰਨ ਥੱਲੇ ਦੋ ਕੇਸਕੀਆਂ ਹੁੰਦੀਆਂ ਉੱਤੇ ਦਸਤਾਰ ਜਿਹੜੇ ਸਿੱਖ ਆ ਜਿਹੜੇ ਮੇਰੇ ਵਰਗੇ ਵਿਖਾਵੇ ਵਰਗੇ ਉਹਨਾਂ ਨੂੰ ਤਾਂ ਪਤਾ ਨਹੀਂ ਕਿੱਡੇ ਬੰਨਣੀ ਕੀ ਕਰਨਾ ਜੇ ਗੱਲ ਕਰੋ ਸਿਧਾਂਤ ਦੀ ਫਿਰ ਕਹਿੰਦੇ ਜੀ ਇਹ ਤਾਂ ਕੱਟੜ 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 ਕਹਿ ਕੇ ਸਾਡਾ ਸਾਰਾ ਨੁਕਸਾਨ ਕਰੀ ਜਾਂਦੇ ਹੋ ਜੇ ਗੁਰੂ ਸਾਹਿਬ ਦੇ ਬਖਸ਼ੇ ਚਿੰਨਾਂ ਦਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹਨਾਂ ਦਾ ਅਦਬ ਕਰਾਂਗੇ ਫਿਰ ਹੀ ਸਾਨੂੰ ਅੰਦਰੋਂ ਮਹਾਰਾਜ ਦਾਤ ਬਖਸ਼ਣਗੇ ਖੇੜਾ ਬਖਸ਼ਣਗੇ ਮਹਾਰਾਜ ਦਾ ਪਿਆਰ ਬਖਸ਼ਣਗੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜਿੰਨੇ ਵੀਰ ਰੋਜ਼ ਹਾਜ਼ਰੀ ਭਰਦੇ ਹੋ ਸਭ ਦੇ ਚਰਨਾਂ 'ਚ ਨਮਸਕਾਰ।